ਸਬਜ਼ੀਆਂ ਲੈ ਗਏ ਆ, ਸੋਸਾਂ ਲੈ ਗਏ ਆ, 60 ਰੁਪਏ ਦੀ ਪਲੇਟ ਹੀ ਫੜ ਲੈਂਦੇ ਬਣੀ ਬਣਾਈ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਬਿਲਕੁਲ ਬਹੁਤ ਵਧੀਆ। ਤੇ ਅੱਜ ਸਵੇਰੇ ਸਵੇਰੇ ਉੱਠਿਆ, ਸਵੇਰੇ ਉੱਠਿਆ ਜੀ 1-2 ਵਜੇ, ਸ਼ੋਪਿੰਗ ਸ਼ੁਪਿੰਗ ਕਰਕੇ ਆਇਆ। ਫਿਰ ਮੈਂ ਸੋਚਿਆ ਹਾਂ ਵਲੋਗ ਬਣਾਇਆ ਜਾਵੇ, ਤੇ ਕਿਉਂਕਿ ਸ਼ੋਪਿੰਗ ਕਰਕੇ ਆਇਆ ਤੇ ਇਹਨੇ ਅੱਜ ਨਿਊਡਲ ਬਣਾਉਣੇ ਸੀਗੇ ਤੇ ਘਰੇ ਆ ਕੇ ਐਕਸਪੈਰੀਮੈਂਟ ਕਰ ਰਹੀ ਨਿਊਡਲ ਦਾ, ਪਤਾ ਨਹੀਂ ਕਿਵੇਂ ਦੇ ਬਣਨਗੇ ਕਿਉਂਕਿ ਮੇਰੀ ਅੱਜ ਰੋਟੀ ਬਾਹਰ ਆ, ਕਿਉਂਕਿ ਰਾਣਾ ਬਲਾਚੌਰ ਨੇ ਅੱਜ ਸਾਨੂੰ ਬੁਲਾਇਆ ਆ ਤੇ ਕਿਉਂਕਿ ਉਹਦਾ ਕੋਈ ਆਰਟਿਸਟ ਦਾ ਗਾਣਾ ਗੁਣਾ ਆਇਆ, ਸੋ ਉੱਥੇ ਕਹਿੰਦਾ ਤੁਹਾਡੀ ਗਾਣਾ ਆਏ ਦੇ ਕਰਕੇ ਡਿਨਰ ਕਰਾਉਣਾ ਤੁਹਾਨੂੰ, ਤੇ ਇਹ ਪਤਾ ਨਹੀਂ ਕਿੱਦਾਂ ਹੋ ਗਿਆ ਕਿ ਡਿਨਰ ਕਰਾ ਰਿਹਾ ਰਾਣਾ ਬਲਾਚੌਰ ਜੀ। ਤੇ ਬਾਕੀ ਤੁਹਾਨੂੰ ਦਿਖਾਉਣਾ ਨਿਊਡਲ ਬਣਾਉਣ ਲੱਗੀ ਕਿੱਦਾਂ ਬਣਦੇ, ਉਹ ਵੀ ਤੁਹਾਨੂੰ ਦਿਖਾਉਣਾ। ਸਭ ਤੋਂ ਪਹਿਲਾਂ ਮੈਡਮ ਜੀ ਨੇ ਕੱਟੇ ਨੇ ਦੇਖਾਂ ਸ਼ਿਮਲਾ ਮਿਰਚ, ਟਮਾਟਰ, ਪਿਆਜ਼। ਟਮਾਟਰ ਮੇਰੇ ਖਿਆਲ 'ਚ ਪੈਂਦਾ ਨਿਊਡਲਾਂ 'ਚ? ਹਾਂ ਪਿਆਜ਼ ਪਾਓ, ਫਿਰ ਪਿਆਜ਼ ਪਾਓਗੇ, ਫਿਰ ਇਹਨੂੰ ਵੀ ਵੱਢੋ, ਇਹਦੇ ਵਿੱਚ ਪੇੜਾ ਮਾਰੋ। ਕਿੰਨੀ ਆ ਅਲ? ਆਹ ਮੇਰਾ ਪੁੱਤ ਅਲ, ਆਹ ਖਾ ਫਿਰ ਅਲ। ਖੜ ਗਿਆ, ਕਿੰਨੀ ਦੇਰ ਖੜਾ ਸੀ ਦੇਖ ਲਾ। ਚਲੋ ਤੇ ਬਾਕੀ ਬਣਾਉਣੇ ਮੈਨੂੰ ਪੈਣੇ ਆ, ਇਹ ਤਾਂ ਬਸ ਇੱਕ ਸਮਾਨ ਕੱਟਦੀ ਵੀ ਆ, ਬਣਾਉਣੇ ਸਾਰੇ ਨੂਡਲ ਮੈਂ ਹੀ ਆ। ਮੈਂ ਵੀ ਥੋੜਾ ਯੂਟਿਊਬ ਖੋਲਾਂ ਤੇ ਖੋਲ ਕੇ ਯੂਟਿਊਬ 'ਚ ਦੇਖਾਂ ਕੀ ਦੇਖਣਾ ਯੂਟਿਊਬ ਤੇ। ਪਤਾ ਮੈਨੂੰ, ਮਸਾਲਾ ਜਿੱਦਾਂ ਤੜਕਾ ਲਾਉਣੇ ਉਦਾਂ ਹੀ ਲਾਉਣਾ। ਹਾਂ ਤਾਂ ਬਸ ਮੰਮੀ ਨੇ ਬਤਾ ਦਿਆ, ਵੈਸੇ ਵੈਸੇ ਬਣਾਓ। ਮੰਮੀ ਨੇ ਮੈਨੂੰ ਬੋਲਿਆ ਕਿ ਐਸੇ ਬਣਾ ਦੇ, ਨਹੀਂ ਆਈ ਸੀ ਮਸੂਮ ਕੋ ਫਿਰ ਸੇ ਫੋਨ ਕਰ ਲਿਓ। ਓਕੇ ਜੀ, ਫਿਰ ਤੂੰ ਹੀ ਬਣਾ ਲੈ, ਮੈਂ ਅੰਦਰ ਬੈਠਾ। ਨਹੀਂ ਨਹੀਂ ਆਪ ਬਣਾਓ, ਆਪ ਬਾਤ ਕਰਦੇ ਰਹੀਓ, ਮੈਂ ਪੁੱਛ ਰਹੀ ਹਾਂ। ਠੀਕ, ਓਕੇ, ਚਲੋ ਦੇਖੋ ਕਿਆ ਬਾਤ ਆ। ਧਾਮਾ ਤੂੰ ਸਾਰਾ ਲੈ ਕੇ ਆਈਆਂ ਨਿਊਡਲਾਂ ਵਾਸਤੇ, ਪੱਤਾ ਗੋਭੀ ਕੀ, ਸ਼ਿਮਲਾ ਮਿਰਚ ਕੀ, ਪਿਆਜ਼ ਕੀ, ਹਰੀ ਮਿਰਚ ਕੀ, ਸਾਰਾ ਕੁਛ ਤੈਨੂੰ ਕਿੱਦਾਂ ਪਤਾ ਇਦਾਂ ਇਦਾਂ ਪੈਂਦਾ ਇਹਦੇ 'ਚ? ਮੇਰੀ ਮੰਮੀ ਨਾ ਘਰ ਬਣਾਤੀ ਬਣਾਓ ਫੇਮਸ। ਹਾਂ ਤਾਂ ਕੜਾਈ ਰੱਖਤੀ, ਗੈਸ ਚਲਾਤੀ ਆ, ਹਲੇ ਅੱਗੇ ਮੈਨੂੰ ਕੁਛ ਨੀ ਪਤਾ ਮੈਂ ਕੀ ਕਰਨਾ। ਤੁਮ ਹੋ ਤੋ ਕਾਹੇ ਨਾ ਰਹੋ, ਦੇਖਦੇ ਹੁਣ ਕਿਵੇਂ ਬਣਦੇ ਆ। ਦੂਜੀ ਲਾਈਟ ਵੀ ਕਰ ਦੋ ਨਾ, ਉਹਨਾਂ ਵੀ ਨਹੀਂ ਸਹੀ ਆਈ ਸ਼ਕਲੇ, ਮਤਲਬ ਤੈਨੂੰ ਪਤਾ ਤੇਰੀ ਸ਼ਕਲ ਸਹੀ ਨਹੀਂ। ਕਿਸ ਕੀ? ਤੇਰੀ, ਮੇਰੀ ਕੋ, ਮੇਰੀ ਨਹੀਂ ਸ਼ਕਲ ਕੋ ਕੌਣ? ਮੇਰੀ ਤਾਂ ਸਹੀ ਆ ਰਹੀ ਸੀ, ਦੇਖ ਤੋ ਆਪ ਨਾ ਦੋ ਕੇ ਬੈਠੋ ਹੋਇਓ, ਮੈਂ ਤਾਂ ਮੂਵਿੰਗ ਹੋਇਆ ਹੋਇਆ ਹੈ। ਜਿਹੜੇ ਨਿਊਡਲ ਆ ਉਹ ਆਪਾਂ ਇਦਾਂ ਕਰਕੇ ਉਬਾਲ ਲੇ, ਤੇ ਜੇ ਥੋੜਾ ਘਿਓ ਪਾ ਕੇ ਉਹਨੂੰ ਮਿਕਸ ਕੀਤਾ ਨਾ ਆਪਾਂ, ਮਿਕਸ ਕਰਕੇ ਉਹਨੂੰ ਰੱਖਤਾ। ਅਭੀ ਹਮਨੇ ਇਸਕੋ ਮਿਕਸ ਬੋਇਲ ਕਰਾ, ਫਿਰ ਉਸਕੇ ਬਾਅਦ ਹਮਨੇ ਇਸਕੋ ਆਇਲ ਕੇ ਸਾਥ ਮਿਕਸ ਕਰ ਦਿਆ, ਬਟ ਹਮਨੇ ਨਾ ਬੋਇਲ ਜਬ ਬੋਇਲ ਕਰਤੇ ਤੋ ਤਬ ਥੋੜਾ ਸਾ ਨਮਕ ਵੀ ਡਾਲਤੇ ਹੈ, ਤੋ ਵੋ ਮੈਨੇ ਡਾਲਾ ਥਾ ਕਿਉਂਕਿ ਮੇਰੇ ਕੋ ਪਤਾ ਨਹੀਂ ਥਾ। ਚਲ ਹੁਣ ਮੈਂ ਪਾਉਣ ਲੱਗਾ ਘਿਓ, ਜ਼ਿਆਦਾ ਨਾ ਡਾਲੀਦਾ, ਆ ਕੇ ਦੇਖ ਲਾ ਦਾਦੀ ਮੈਨੂੰ। ਬਸ 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 ਲੈ ਵੀ ਘਿਓ ਪਾਤਾ ਆਪਨੇ, ਇਹ ਤੋ ਖਾਣਾ ਨਾ ਵਾਟਰਮੈਲਨ ਮੈਂ ਰੱਖ ਲਿਆ, ਹਲੇ ਨਹੀਂ ਖਾਣਾ, ਹਲੇ ਰੱਖ ਰੇ, ਸਵੇਰੇ ਖਾਊਂਗਾ ਕੱਲ। ਆਵੀ ਸਪੈਸ਼ਲ ਸਮਾਨ ਲੈ ਕੇ ਆਏ ਆ ਆਪਾਂ ਨਿਊਡਲ ਵਾਸਤੇ, ਸਪੈਸ਼ਲ ਚੈੱਕ ਕਰੋ। ਇਹ ਤਾਂ ਮੈਂ ਯਾਦ ਕਰਵਾ ਦਿੱਤੀ ਆ। ਕੀ ਬੋਲੋ? ਹਾਂ ਨਹੀਂ ਮਤਲਬ ਕਿ ਵੀ ਮੈਂ ਕਰਵਾਈ ਸੀ ਨਾ ਆਪਕੋ ਯਾਦ ਕਿ ਲੈ ਕੇ ਠੀਕ ਆ। ਅਚਾਰ ਵੀ ਆਇਆ ਮੇਰੇ ਘਰ ਸੇ, ਪਤਾ ਹੈ ਉਹੀ ਵਾਲਾ ਕੌਨ ਸਾ ਜਿਹੜਾ ਆਪਾਂ ਉੱਥੇ ਖਾਂਦੇ ਹੁੰਦੇ ਸੀ ਜਦੋਂ ਹਸਪਤਾਲ ਜਾਂਦੇ? ਹਾਂ ਨਹੀਂ ਉਹ ਮਤਲਬ ਹਾਂ ਉਸ ਟਾਈਪ ਦਾ ਹੈ, ਮੈਂ ਉਹਦਾ ਕਿਹੜੀ ਪਿਆਜ਼ ਵਾਲੀ? ਅਬ ਡਾਲ ਰਹੇ ਹਮ ਇਸਮੇ ਪਿਆਜ਼। ਹੋਰ ਹਲਾਲ ਨੂੰ ਦੇ ਇਹਨੂੰ ਕੁਛ, ਕਿਆ ਬਾਤ ਹੈ ਜੀ, ਨੂਡਲ ਦੀ ਖੁਸ਼ਬੂ ਆਉਣ ਲੱਗ ਗਈ। ਹਾਂ ਹਾਂ ਆਹ ਰਹਿ ਗਿਆ ਸੀ, ਪਾਉਣਾ ਭੁੱਲ ਗਏ ਸੀਗੇ। ਚਲੋ ਪਾਓ ਥੋੜ੍ਹਾ ਜਿਹਾ ਭਾਈ, ਉਹਨਾਂ ਇਹਦਾ ਹੀ ਟੇਸਟ ਆ ਜਾਵੇ ਬਸ ਸਾਰਾ। ਪਾ ਤਾਂ ਦੇ, ਨਵਾਂ ਲਿਆਵਾਂਗੇ ਕੰਜੂਸੀ ਕਰੀ ਜਾਂਦੀ ਹੈ। ਠੀਕ ਆ
की गेट इन। मेनू लगता तू अज देख न्यूडल बनाने वास्ते 16-17 रुपए का एक कप्पा पैकेट लेके आया, सब्जियां लेके आया, सोसा लेके आया, 60 रुपए की प्लेट ही फड़ लेंदे बनी बनाई। गाजर नहीं भाई वो हमारे पास ना वो वाली दूसरी वाली गाजर नहीं है। शेफ और मास्टर शेफ आप ज्यादा नेपाली ना बनो। अंकू तनु यही दा पता नहीं अंकू जी कलाकारी 1.5 साल अंकू ने आई काम कीता। आपने 2 साल आप सलून में रहे, 1.5 साल आपने ये करा, ठीक है 4 साल आपको चंडीगढ़ में हो गए, आपने क्या क्या करा? बंद करके अंदर नहीं रुक जाओ अभी। ओ यार मैं क्या कच्चा कच्चा सही लगता हूँ तो थोड़ा सा और पकने दो ना। तो फिर ऐसा करना था, एक आदमी शिमला मिर्च पकड़नी थी, एक में प्याज पकड़ना था और एक में ये पत्ता गोभी। टिक्की यार टिक्की भी बनाएंगे सच में। अंकु आपको पता वैसे वो नहीं है मोमोज जो हम लोग मोमोज खाते हैं उनकी शीट लग गई है मिलने, हम घर पे मोमोज बना सकते हैं। पाले जिनून रुक जाओ पकड़ो आप लो यार आजो। क्या आदमी है ना, बन गया वैसे ना। लो आओ तो मास्टर शेफ फिर से आ गए, मान तो रहे नहीं, डालते रहो जो डालना बस। अगर मैं बोल रही हूँ अगर बेकार बनी ना तो चुपचाप आज मैं देख लेना क्या करूंगी आपका। ये वो नहीं है, ये तो चिल्ली सॉस है, केचप नहीं बोला डालने के लिए। चिल्ली सॉस भी क्या पाऊंगे। ओके गाइस स्पून ले सकते थे वैसे आप दूसरा। मेरी गाल बोंद रही है मैं। एक डब्बा आधा ढक्कन डालियो, पूरा मत डालियो नहीं तो खराब हो जाएगी। बस साथ साथ नहीं लाते ब्रो ना। चला इनको मिला दो। खुशबू देख रहे हो बार बार, अभी थोड़ी ना आएगी। बस अब अपनी फेवरेट सॉस भी डाल दो। की सोया सॉस। ओ यार ओ वाले रुक जा। उसको चाहे बाद में डालना। न्यूडल पा लिया पाए। डाल दो नमक। नमक भी पौने रुक जा। न्यूडल ज्यादा है मसाला घट है। ओ ऐसा थोड़ी ना। लच्छे क्या लच्छे बस एक ढक्कन डाल दिया ना, 2 मिनट रुक जाओ इनको हिलाना है। हम नमक ले आना। नमक ऊपर है पड़ा। मेरे से मुर्जा नहीं पड़ी। नो बहुत है। हाँ बाद में देख लेंगे, चेक कर लेंगे अगर कम हुआ तो। बंद कर दिया करो, मेरी तरफ ना देखा करो। बाहर मत फेंको अंगो, ऐसे मत करो। हाँ ऐसे ऐसे निकालो इसको। लो पाजी ले लो। मैनू नहीं लग रहा कुछ बनया। गैस तेज कर थलो करती। मैं तो लगता आप 60 रुपए की प्लेट बारो ही खा आनी चाहिए। चुप करो।
तू तो पा ना उन्होंने कैमरा फड़िया सारा बाहर फेंक दिया आपने क्या बड़े थे मास्टर चक के अंदर पाला मैं लगता सोसा भी घाटे वाले नूडल के हिसाब ना जिड़ी जिड़िया पाइया है ना मैं लगता दोस्तों जलूस निकल गया नूडल का सही गल है ना बन जू गलबात सोसा पाला शिनू हले जो कपड़े हो जाएंगे आपके खराब कोई ना धोने भी तो धोने तो मैंने पर तब बोल रहे ना भी आपने जाना भी है नाइस लो जी मित्रों नूडलों का रंग तो आ गया नूडलों अर्गा पर टेस्ट नहीं पता हूँ नूडल अर्गा कि एक चम्मच खा के देख रुक जाओ भी क्यों हले पक्का करना मित्रो टेस्ट मैं कर लिया सच्ची दसा जेडे अपा नू स्ट्रीट फूड नूडल मिलते किसी दुकाना चो नूडल मिलते उदा का टेस्ट तो जमा ही नहीं है यदा टेस्ट है साला जिमें यदा टेस्ट इदा का टेस्ट है जिदा आप ब्याह च नहीं खाते ब्याह च जाके खाने फिर आप कहने यार वो गल बन नहीं है वो टेस्ट है हम तू खा के दस जल्दी जल्दी कि बने जा खा के दस है ना तू सोसा ज्यादा पा दे सोसन ठीक है बस एक चीज की कमी है शायद वो केचप की कमी है केड़ी केचप टमाटर सॉस इसको बोलते हैं नहीं 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 ऊपरों वाला सॉस हो जाना अपना मैं नहीं तू आप खा तो दोस्तों जिद्दा दे बने हैं खाने पीने हैं बस इतना का व्लॉग बनाने लगा ही मैं बस चलो ठीक है दोस्तों कुछ होर बनाना होगा फिर ब्लॉग बनावांगे लव यू।